ਆ ਜਿਹੜੀ ਸਾਗਰ ਦੀ ਵਹੁਟੀ, ਸਾਗਰ ਦੀ ਵਹੁਟੀ, ਸਾਗਰ ਦੀ ਵਹੁਟੀ ਲੈਂਦੀ ਇੰਡਿਕਾ ਚਲਾ। 12-14 ਸਾਲ ਦੀ ਮੇਰੀ ਛੋਟੀ ਕੁੜੀ ਆ ਜੀ, ਜੀ ਉਹ ਜਦੋਂ ਸਾਡੇ ਗਾਣੇ ਕੋਈ ਪੁਰਾਣੇ, ਹਾਂਜੀ 20 ਸਾਲ, 18 ਸਾਲ, 16 ਸਾਲ ਪੁਰਾਣੇ ਗਾਣੇ, ਉਹ ਹੁਣ 1500-1600 ਗਾਣਾ ਨੈੱਟ 'ਤੇ ਚੱਲ ਰਿਹਾ। ਕਿਆ ਬਾਤ ਹੈ। ਜਦੋਂ ਉਹ ਕੋਈ ਗਾਣਾ ਬੱਚੇ ਸੁਣਦੇ ਆ ਨਾ, ਹਾਂਜੀ, ਉਹ ਹੈਰਾਨ, ਰੋਜ਼ ਪੁੱਛ ਲੈਂਦੇ ਆ, ਡੈਡੀ ਆਹ ਗਾਣਾ ਮੈਂ ਪਹਿਲੀ ਵਾਰੀ ਸੁਣਿਆ। ਪਰਮਾਤਮਾ ਨੇ ਜਿਹੜੀ ਉਸ ਵੇਲੇ ਸਾਡੇ 'ਤੇ ਕਿਰਪਾ ਕੀਤੀ ਜੀ, ਜੀ ਉਹ ਇਸ ਤੋਂ ਵੀ ਜ਼ਿਆਦਾ ਸੀ ਸ਼ਾਇਦ। ਇਹ ਗੱਲ ਕੋਈ ਮਜ਼ਾਕ ਜੇ 'ਚ ਨਾ, ਮਤਲਬ ਬੱਚੇ, ਨੌਜਵਾਨ ਬੱਚੇ ਲੈ ਲੈਣ, ਇਹ ਜਿਹੜੀ ਕਲਾ ਹੁੰਦੀ ਆ ਜੀ, ਜੀ ਇਹ ਧੁਰੋਂ ਪਰਮਾਤਮਾ ਵੱਲੋਂ। ਬਿਲਕੁਲ। ਕਿਸੇ ਵੀ ਪਰਮਾਤਮਾ ਨੇ ਨਾ ਇੱਕ ਡਿਊਟੀ ਦਿੱਤੀ ਆ ਸਾਨੂੰ ਜੀ, ਜੀ ਉਹਨੇ ਕੰਮ ਕਰਨ ਲਈ, ਇਹ ਕੰਮ ਆ ਪਰਮਾਤਮਾ ਨੇ ਸਾਨੂੰ ਕੰਮ ਦਿੱਤਾ ਆ ਜੀ, ਜੀ ਅਸੀਂ ਇਹਨੂੰ ਆਪਣੇ ਮਾਣ ਹੰਕਾਰ ਨਾਲ ਇਹਨੂੰ ਕਲਾ ਕਹਿ ਲੈਂਦੇ ਹਾਂ, ਕਈ ਕੁਛ ਕਹਿੰਦੇ। ਪਰਮਾਤਮਾ ਨੇ ਕੰਮ ਕਰਨ ਦੀ ਕੋਈ ਵੀ ਜਿਹੜਾ ਇਹ ਕੰਮ ਕਰਨ ਦੀ ਡਿਊਟੀ ਲਾਈ। ਮੇਰੇ ਨੇ ਨੂੰ ਤੈਨੂੰ ਬੜਾ ਚਿੱਤ ਕਰਦਾ ਨੀ, ਤੇਰੇ ਬੁੜੇ ਨੇ ਦਰਾਂ ਚ ਮੰਜੀ ਡਾਈ ਹੁੰਦੀ ਆ। ਕੋਠੇ ਕੋਠੇ ਵਿਹੜੇ ਵਿੱਚ ਆ ਜੀ ਮਿੱਤਰਾ, ਕੋਠੇ ਕੋਠੇ ਵਿਹੜੇ ਵਿੱਚ ਆ ਜੀ ਮਿੱਤਰਾ, ਵੇ ਲਾਲ ਫੁੱਲਾਂ ਵਾਲੀ ਸਾਡੇ ਤੇ, ਲਾਲ ਫੁੱਲਾਂ ਵਾਲੀ ਸਾਡੇ ਤੇ ਰਜਾਈ। ਅੱਛਾ ਜੀ, ਇਹ ਦੱਸੋ ਕਿ ਅੱਜ ਤੁਹਾਡਾ ਇੱਕ ਗਾਣਾ ਬਹੁਤ ਜ਼ਿਆਦਾ ਮਸ਼ਹੂਰ ਹੋ ਰਿਹਾ, ਜਿਹਦੇ ਮੈਂ ਬੋਲ ਦੱਸੇ ਸੀ ਕਿ ਸਾਗਰ ਦੀ ਵੋਟੀ ਲੈਂਦੀ ਇੰਡੀਆ ਚਲਾ ਜੀ, ਜੀ ਜੀ। ਇਸ ਗਾਣੇ ਦਾ ਰਾਜ ਕੀ ਹੈ, ਇਹ ਗਾਣਾ ਕਿਸ ਤਰ੍ਹਾਂ, ਕਦੋਂ ਤੱਕ ਤੁਹਾਡੇ ਤੱਕ ਪਹੁੰਚਿਆ, ਕਿਸ ਤਰ੍ਹਾਂ ਇਹ ਲੋਕਾਂ ਦੇ ਸਾਹਮਣੇ ਆਇਆ? ਜੀ ਸਰ, ਜੀ ਸਰ, ਇਹ ਸਰ ਜਿਵੇਂ ਨਾ ਬਦਲਦਾ ਰਹਿੰਦਾ, ਸਮਾਂ ਬਦਲਦਾ ਰਹਿੰਦਾ। ਹਾਂਜੀ। ਕੋਈ ਸਮਾਂ ਸੀ ਰੀਲਾਂ ਦਾ, ਡੈਕ ਦੀਆਂ ਰੀਲਾਂ ਦਾ, ਟੇਪ ਰਿਕਾਰਡ ਦੀਆਂ ਰੀਲਾਂ ਦਾ, ਕੋਠੇ 'ਤੇ ਉਹ ਮੰਜਿਆਂ 'ਤੇ ਖੜੇ ਕੀਤੇ ਹੋਏ ਸਪੀਕਰਾਂ ਦਾ। ਹਾਂਜੀ। ਉਹ ਸਮਾਂ ਬਦਲਦਾ 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 ਬਦਲਦਾ, ਆਡੀਓ ਤੋਂ ਵੀਡੀਓ 'ਤੇ ਆਇਆ, ਅੱਗੋਂ ਇਹ ਜਿਹਨੂੰ ਤੁਸੀਂ ਸੋਸ਼ਲ ਮੀਡੀਆ ਕਹਿੰਦੇ ਜੇ, ਉੱਥੇ ਆ ਗਿਆ ਕਿ ਗੰਨੇ ਚੂਪ ਲੈ ਜੱਟਾਂ ਦੇ ਪੋਲੇ, ਠੰਡੇ ਜੂਸ ਭੁੱਲ ਜਾਏਗੀ। ਬਸ ਉਸੇ ਟੇਪ ਦਾ ਇਹ ਗਾਣਾ ਜੀ। ਅੱਛਾ ਜੀ। ਬਈ ਸਾਗਰ ਦੀ ਵਹੁਟੀ ਲੈਂਦੀ ਇੰਡੀਆ ਚਲਾ, ਉਹ ਗਾਣਾ ਕੁਛ ਇਸ ਤਰ੍ਹਾਂ ਸੀਗਾ। ਲੋੜ ਤੇਰੀ ਪੈ ਗਈ ਏ ਡਰਾਈਵਰਾ, ਵੇ ਮੈਨੂੰ ਲੱਗਦਾ ਏ ਪੂਰਾ ਵੇ ਤਜਰਬਾ ਹੈ ਤੈਨੂੰ, ਫੀਸ ਕਿੰਨੀ ਚਾਹੀਦੀ ਵੇ ਛੇਤੀ ਸਮਝ ਹਾ, ਫੀਸ ਕਿੰਨੀ ਚਾਹੀਦੀ ਵੇ ਛੇਤੀ ਸਮਝ ਹਾ, ਇਮੀਜੀਏਟਲੀ ਏ ਕੋਈ ਮੇਰੀ ਮਜਬੂਰੀ, ਮੈਨੂੰ ਛੇਤੀ ਦੇ ਡਰਾਈਵਰੀ ਸਿਖਾ, ਇਮੀਜੀਏਟਲੀ ਏ ਕੋਈ ਮੇਰੀ ਮਜਬੂਰੀ, ਮੈਨੂੰ ਛੇਤੀ ਦੇ ਡਰਾਈਵਰੀ ਸਿਖਾ। ਬਸ ਉਹਦਾ ਜਵਾਬ ਸੀਗਾ ਜੀ, ਪਹਿਲਾ ਗੇਰ ਲਾ ਕੇ ਜਰਾ ਹੌਲੀ ਹੌਲੀ ਤੋਰ, ਪੋਲੇ ਪੋਲੇ ਰੇਸ ਦੇਵੀ ਲਾਵੀ ਨਾਨੀ ਹੋਰ, ਪਹਿਲਾ ਗੇਰ ਲਾ ਕੇ ਜਰਾ ਹੌਲੀ ਹੌਲੀ ਤੋਰ, ਪੋਲੇ ਪੋਲੇ ਰੇਸ ਦੇਵੀ ਲਾਵੀ ਨਾਨੀ ਹੋਰ, ਲਾਲ ਬੱਤੀ ਆ ਗਈ ਜਰਾ ਆਸੇ ਪਾਸੇ ਵੇਖ, ਲਾਲ ਬੱਤੀ ਆ ਗਈ ਜਰਾ ਆਸੇ ਪਾਸੇ ਵੇਖ, ਖੱਬੇ ਨਾਲ ਦੱਬ ਕੇ ਕਲੱਚ ਕੁੜੀਏ ਨੀ, ਸੱਜੇ ਪੈਰ ਨਾਲ ਮਾਰ ਦੇ ਬਰੇਕ, ਖੱਬੇ ਨਾਲ ਦੱਬ ਕੇ ਕਲੱਚ ਕੁੜੀਏ ਨੀ, ਸੱਜੇ ਪੈਰ ਨਾਲ ਮਾਰ ਦੇ ਬਰੇਕ। ਕਿਆ ਬਾਤ ਹੈ ਜੀ, ਬਹੁਤ। ਬਸ ਇਹ ਸੀਗਾ ਜੀ, ਉਹ ਸ਼ਰਾਰਤੀ ਗੱਲਾਂ ਹੁੰਦੀਆਂ ਨੇ, ਕਮੇਡੀਅਨ ਕਮੇਡੀ ਹੁੰਦੀ ਹੈ। ਸਾਗਰ ਦੀ ਵਹੁਟੀ ਲੈਂਦੀ ਇੰਡੀਕਾ ਚਲਾ, ਸਾਗਰ ਦੀ ਵਹੁਟੀ ਲੈਂਦੀ ਇੰਡੀਕਾ ਚਲਾ, ਇਮੀਜੀਏਟਲੀ ਏ ਕੋਈ ਮੇਰੀ ਮਜਬੂਰੀ, ਮੈਨੂੰ ਛੇਤੀ ਦੇ ਡਰਾਈਵਰੀ ਸਿਖਾ, ਇਮੀਜੀਏਟਲੀ ਏ ਕੋਈ ਮੇਰੀ ਮਜਬੂਰੀ, ਮੈਨੂੰ ਛੇਤੀ ਦੇ ਡਰਾਈਵਰੀ ਸਿਖਾ। ਕਿਆ ਬਾਤ ਹੈ ਜੀ, ਕਿਆ ਬਾਤ ਹੈ ਜੀ। ਅੱਛਾ ਸਾਗਰ ਜੀ, ਅੱਜ ਦੇ ਜਿਹੜੇ ਨਿਊ ਜਨਰੇਸ਼ਨ ਹੈ, ਜਿਹੜੇ ਆਪਣੇ ਇੰਡੀਆ ਤੋਂ ਬਾਹਰ ਵੀ ਬੈਠੇ ਆ, ਕਈਆਂ ਦੇ ਮਾਇੰਡ 'ਚ ਕੀ ਹੈਗਾ ਕਿ ਸ਼ਾਇਦ ਤੁਸੀਂ ਰਾਤੋਂ ਰਾਤ ਸਟਾਰ ਬਣ ਗਏ ਜੀ, ਹੈ ਨਾ, ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਇਹਦੇ ਪਿੱਛੇ ਬਹੁਤ ਲੰਬੇ, ਬੜੀ ਲੰਬੀ ਜੱਦੋਜਹਿਦ ਹੈ ਜੀ ਜੀ। ਥੋੜਾ ਜਿਹਾ ਉਸ ਬਾਰੇ ਵੀ ਚਾਨਣ ਪਾਇਓ ਜੀ। ਮੈਂ ਦੱਸਦਾ ਜੀ, ਉਹ ਜਿਹੜੇ ਛੋਟੇ ਬੱਚੇ ਆ ਨਾ ਜੀ ਜੀ ਜੀ, ਜਿੱਦਾਂ ਹੁਣ ਸਾਡੇ ਬੱਚੇ ਆ, ਹਾਂਜੀ, ਤੇ ਉਹ ਛੋਟੇ ਬੱਚੇ, ਮੇਰੀ ਛੋਟੀ ਗੁੜੀ ਆ, ਹਾਂਜੀ, ਤੇ ਉਹ ਜਦੋਂ
12 14 ਸਾਲ ਦੀ ਮੇਰੀ ਛੋਟੀ ਕੁੜੀ ਆ ਜੀ ਜੀ ਉਹ ਜਦੋਂ ਸਾਡੇ ਗਾਣੇ ਕੋਈ ਪੁਰਾਣੇ ਹਾਂਜੀ 20 ਸਾਲ 18 ਸਾਲ 16 ਸਾਲ ਪੁਰਾਣੇ ਗਾਣੇ ਉਹ ਹੁਣ 1500-1600 ਗਾਣਾ ਨੈੱਟ ਤੇ ਚੱਲ ਰਿਹਾ ਕੀ ਬਾਤ ਹੈ ਜਦੋਂ ਉਹ ਕੋਈ ਗਾਣਾ ਬੱਚੇ ਸੁਣਦੇ ਆ ਨਾ ਤੇ ਉਹ ਹੈਰਾਨ ਰੋਜ਼ ਪੁੱਛ ਲੈਂਦੇ ਆ ਡੈਡੀ ਆਹ ਗਾਣਾ ਮੈਂ ਪਹਿਲੀ ਵਾਰੀ ਸੁਣਿਆ ਆਹ ਗਾਣਾ ਮੈਂ ਪਹਿਲੀ ਵਾਰੀ ਸੁਣਿਆ ਹੁਣ ਉਹ ਸਾਡੇ ਜਿਹੜੇ ਬੱਚੇ ਆ ਜਿਹੜੇ ਲੱਖਾਂ ਦੀ ਗਿਣਤੀ ਚ ਕਿਉਂਕਿ ਉਦੋਂ ਪਤਾ ਕੀ ਸੀ ਉਦੋਂ ਸੋਸ਼ਲ ਮੀਡੀਆ ਨਹੀਂ ਸੀ ਟੇਪ ਹੁੰਦੀ ਸੀ ਜੀ 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 ਇਸ ਲਈ ਹੁਣ ਹੌਲੀ ਸਟੈਪ ਬਾਏ ਸਟੈਪ ਜਦੋਂ ਦਾ ਸੋਸ਼ਲ ਮੀਡੀਆ ਆਂਦਾ ਤੇ ਹੁਣ ਅਸੀਂ ਕੋਈ ਵੀ ਪੁਰਾਣੀ ਚੀਜ਼ ਕੈਸਟ ਦਾ ਰੀਲਾਂ ਦਾ ਜ਼ਮਾਨਾ ਸੀ ਡੈਕ ਦੀਆਂ ਰੀਲਾਂ ਦਾ ਟੇਪ ਰਿਕਾਰਡ ਦੀਆਂ ਰੀਲਾਂ ਦਾ ਜ਼ਮਾਨਾ ਸੀ ਕੋਠਿਆਂ ਤੇ ਰੱਖ ਕੇ ਸਪੀਕਰ ਵੱਜਦੇ ਸੀ ਬਿਲਕੁਲ ਜੀ ਬਿਲਕੁਲ ਉਹਦੇ ਵਿੱਚ ਜੀ ਉਹ ਪਰਮਾਤਮਾ ਨੇ ਜਿਹੜੀ ਉਸ ਵੇਲੇ ਸਾਡੇ ਤੇ ਕਿਰਪਾ ਕੀਤੀ ਜੀ 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 ਉਹ ਇਸ ਤੋਂ ਵੀ ਜ਼ਿਆਦਾ ਸੀ ਫੁੱਲਾਂ ਵਾਲੀ ਰਜਾਈ ਜਦੋਂ ਟੇਪ ਰਿਲੀਜ਼ ਹੋਈ ਆ ਬਿਲਕੁਲ ਫਾਈਨ ਟੱਚ ਕੈਸਟ ਕੰਪਨੀ ਜੀ ਜੀ ਫਾਈਨ ਟੱਚ ਦੇ ਮਾਲਕ ਜੀ ਜੀ ਸਰਦਾਰ ਰੁਪਿੰਦਰ ਸਿੰਘ ਰੂਬੀ ਜੀ 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 ਬੜੇ ਮਾਣ ਨਾਲ ਬੜੇ ਫਖਰ ਨਾਲ ਉਹ ਇਹ ਗੱਲ ਕਹਿੰਦੇ ਆ ਕਿ ਫਾਈਨ ਟੱਚ ਸਤਨਾਮ ਸਾਗਰ ਤੋਂ ਬਣੀ ਤੇ ਸਤਨਾਮ ਸਾਗਰ ਫਾਈਨ ਟੱਚ ਤੋਂ ਬਣਿਆ ਬਿਲਕੁਲ ਜੀ ਉਹ ਗਾਣਾ ਤੁਹਾਡਾ ਬਹੁਤ ਜ਼ਿਆਦਾ ਹਿੱਟ ਹੈ ਜੀ ਗੁਰਮੀਤ ਜੀ ਮਿਊਜ਼ਿਕ ਡਾਇਰੈਕਟਰ ਹੈ ਜੀ ਜੀ ਉਹ ਫਿਲਮ ਇੰਡਸਟਰੀ ਤੱਕ ਪਹੁੰਚੇ ਨੇ ਬਿਲਕੁਲ ਉਸ ਤੋਂ ਉਹ ਅੱਗੇ ਹਾਲੀਵੁੱਡ ਦਾ ਵੀ ਮਿਊਜ਼ਿਕ ਕਰਦੇ ਨੇ ਬਿਲਕੁਲ ਉਹ ਵੀ ਸਤਨਾਮ ਸਾਗਰ ਤੋਂ ਤੇ ਸਤਨਾਮ ਸਾਗਰ ਉਹਨਾਂ ਤੋਂ ਬਣਿਆ ਇਹ ਜਦੋਂ ਫੁੱਲਾਂ ਵਾਲੀ ਰਜਾਈ ਟੇਪ ਰਿਲੀਜ਼ ਹੋਈ ਸੀ ਨਾ ਜੀ ਜੀ ਉਸ ਵੇਲੇ ਜੀ ਬਸ ਜਦੋਂ ਰਿਲੀਜ਼ ਹੋਈ ਹਾਂਜੀ ਤੇ ਕੋਈ 15-20 ਦਿਨ ਦੇ ਵਿੱਚ ਵਿੱਚ ਬਿਲਕੁਲ ਪੂਰੇ ਵਰਲਡ ਦੇ ਵਿੱਚ ਇੱਦਾਂ ਹੀ ਹਨੇਰੀ ਆਈ ਸੀ ਇੱਦਾਂ ਹੀ ਫੁੱਲਾਂ ਵਾਲੀ ਰਜਾਈ ਫੁੱਲਾਂ ਵਾਲੀ ਰਜਾਈ ਫੁੱਲਾਂ ਵਾਲੀ ਰਜਾਈ ਉਹ ਇੱਕ ਸਮਾਂ ਉਸ ਤਰ੍ਹਾਂ ਦਾ ਸੀ ਉਹ ਤੇ ਮੈਂ ਅੱਜ ਕੱਲ੍ਹ ਦੇ ਬੱਸਾਂ ਤੇ ਰੋਡਵੇ ਦੀਆਂ ਬੱਸਾਂ ਦੂਜੀਆਂ ਬੱਸਾਂ ਟਰੱਕਾਂ ਸਭ ਤੇ ਬਣੇ ਉਹ ਗਾਣਾ ਬੜਾ ਵਧੀਆ ਉਹ ਆਵਾਜ਼ ਹੀ ਹੋਰ ਸੀਗਾ ਜੀ ਸ਼ਾਇਦ ਇਹ ਗੱਲ ਕੋਈ ਮਜ਼ਾਕ ਜੇ ਚ ਨਾ ਮਤਲਬ ਬੱਚੇ ਨੌਜਵਾਨ ਬੱਚੇ ਲੈ ਲੈਣ ਇਹ ਜਿਹੜੀ ਕਲਾ ਹੁੰਦੀ ਹੈ ਜੀ ਜੀ ਇਹ ਧੁਰੋਂ ਪਰਮਾਤਮਾ ਵੱਲੋਂ ਬਿਲਕੁਲ ਕਿਸੇ ਵੀ ਪਰਮਾਤਮਾ ਨੇ ਨਾ ਇੱਕ ਡਿਊਟੀ ਦਿੱਤੀ ਹੈ ਸਾਨੂੰ ਜੀ ਜੀ ਉਹਨੇ ਕੰਮ ਕਰਨ ਲਈ ਇਹ ਕੰਮ ਆ ਪਰਮਾਤਮਾ ਨੇ ਸਾਨੂੰ ਕੰਮ ਦਿੱਤਾ ਆ ਜੀ ਜੀ ਅਸੀਂ ਇਹਨੂੰ ਆਪਣੇ ਮਾਣ ਹੰਕਾਰ ਨਾਲ ਇਹਨੂੰ ਕਲਾ ਕਹਿ ਲੈਂਦੇ ਹਾਂ ਕਈ ਕੁਛ ਕਹਿੰਦੇ ਪਰਮਾਤਮਾ ਨੇ ਕੰਮ ਕਰਨ ਦੀ ਕੋਈ ਵੀ ਜਿਹੜਾ ਇਹ ਕੰਮ ਕਰਨ ਦੀ ਡਿਊਟੀ ਲਾਈ ਹੈ ਸੰਗਤ ਦੇ ਵਿੱਚ ਤੇ ਮੇਰਾ ਜਨਮ ਸਥਾਨ ਜੀ ਜੀ ਇਹ ਗੁਰੂਆਂ ਪੀਰਾਂ ਦੀ ਧਰਤੀ ਪੰਜ ਦਰਿਆਵਾਂ ਦੀ ਧਰਤੀ ਸ਼ਹੀਦਾਂ ਦੀ ਧਰਤੀ ਧੰਨ ਭਾਗ ਮੇਰੇ ਗਰੀਬ ਦੇ ਤੇ ਆਪਣੇ ਸਾਰਿਆਂ ਦੇ ਕਿ ਅਸੀਂ ਇਸ ਪੰਜਾਬ ਦੀ ਧਰਤੀ ਤੇ ਜੰਮੇ ਹਾਂ ਉਸ ਤੋਂ ਬਾਅਦ ਅੰਮ੍ਰਿਤਸਰ ਦੀ ਧਰਤੀ ਅੰਮ੍ਰਿਤਸਰ ਦੀ ਧਰਤੀ ਗੁਰੂਆਂ ਦੀ ਧਰਤੀ ਪਵਿੱਤਰ ਧਰਤੀ ਬਿਲਕੁਲ ਜੀ ਪਵਿੱਤਰ ਧਰਤੀ ਤੇ ਮੈਂ ਹੁਣ ਤੇ ਉਹ ਮੇਰੇ ਪਿੰਡ ਨੂੰ ਜ਼ਿਲ੍ਹਾ ਹੋਰ ਬਣ ਗਿਆ ਜੀ ਨਵਾਂ ਬਣ ਗਿਆ ਤਰਨ ਤਾਰਨ ਸਾਹਿਬ ਤੇ ਪਹਿਲੋਂ ਜਿਹੜਾ ਇਹ ਸਦੀਆਂ ਤੋਂ ਜ਼ਿਲ੍ਹਾ ਸਾਡਾ ਅੰਮ੍ਰਿਤਸਰ ਮੇਰਾ ਤੁਹਾਡੀ ਜ਼ਿੰਦਗੀ 'ਚ ਸਾਗਰ ਜੀ ਕਿਸ ਤਰ੍ਹਾਂ ਹੈ ਪਹਿਲੇ ਤੁਸੀਂ ਸਾਨੂੰ ਦੱਸੋ ਇਹ ਮੇਰੇ ਪਿੰਡ ਗਾਉਣ ਹੀ ਆਏ ਉਦੋਂ ਤੇ ਸੁਪਰਹਿਟ ਬੰਦੇ ਹੀ ਹੈ ਜੀ 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 ਤੇ ਮੈਂ ਪੜ੍ਹਦੀ ਹਾਂ ਜੇ ਸਕੂਲ ਸਟੇਜ ਤੇ ਪੈਸੇ ਦੇਣ ਹੀ ਆਈ ਹਾਂ 20 ਰੁਪਏ ਤੇ ਉਹ ਇਹਨਾਂ ਮੈਨੂੰ ਪੁੱਛਿਆ ਵੀ ਤੁਸੀਂ ਗਾ ਲੈਂਦੇ ਹੋ ਮੈਂ ਕਿਹਾ ਜੀ ਹਾਂਜੀ ਅੱਛਾ ਜੀ ਫਿਰ ਉੱਥੇ ਸਟੇਜ ਤੇ ਮੈਂ ਗਾਣਾ ਗਾਇਆ ਬਾਕੀ ਤੁਸੀਂ ਸਵਾਲ ਸਾਰੇ ਇੰਨਾ ਕੋਈ ਪੁੱਛਿਓ ਇੰਨਾ ਹੀ ਜਵਾਬ ਮਤਲਬ ਕਿ ਮੈਂ ਵਿਆਹ ਤੋਂ ਪਹਿਲੇ ਗਾਣ ਦਾ ਸ਼ੌਂਕ ਸੀ ਤੁਹਾਨੂੰ ਵੀ ਹਾਂਜੀ ਉਹ ਤੇ ਸਕੂਲ ਟਾਈਮ ਮਾੜਾ ਮੋਟਾ ਜਿਸ ਤਰ੍ਹਾਂ ਸਕੂਲ 'ਚ ਬੱਚੇ ਗਾਉਂਦੇ ਆ ਉਹ ਨਾ ਤੇ ਤੁਹਾਡੀ ਜ਼ਿੰਦਗੀ 'ਚ ਇਹਨਾਂ ਦਾ ਕਿੰਨਾ ਕੁ ਸਾਥ ਹੈ ਜੀ ਸਾਰਾ ਸਾਥ ਹੀ ਇਹਨਾਂ ਦਾ ਜੀ ਇਹ ਆ ਵੀ ਉਹ ਜਿਹੜੀ ਇਹਨਾਂ ਗੱਲ ਕੀਤੀ ਆ ਜੀ ਜੀ ਇਹਨਾਂ ਦੇ ਪਿੰਡ ਪਿੰਡ ਓਡਰ ਅੱਛਾ ਜੀ ਚਗਾਵਾਂ ਉਹ ਲੋਪੋ ਕੇ ਚਗਾਵਾਂ ਦੇ ਲਾਗੇ ਜੀ ਤੇ ਮੈਂ ਸਟੇਜ ਕਰਨ ਗਿਆ ਅੱਛਾ ਜੀ ਇਹਨਾਂ ਤੋਂ ਪਹਿਲਾਂ ਹਾਂਜੀ ਬਾਹਰ ਦੇ ਅਮਰੀਕਾ ਦੀਆਂ ਕੰਪਨੀਆਂ ਸੀ ਉਹ ਜੀ ਜੀ ਤੇ ਉਹਨਾਂ ਨੇ ਮੈਨੂੰ ਰਿਕਾਰਡ ਕੀਤਾ ਸੀ ਜੀ ਉਹ ਟੇਪ ਸੀਗੀ ਇੱਕ ਨਾਲ ਲਾਈ ਰੱਖਦਾ ਅੱਛਾ ਇਹ ਮਤਲਬ ਜਿਸ ਤਰ੍ਹਾਂ ਜੰਗ ਏਜ ਦੀਆਂ ਸ਼ਰਾਰਤਾਂ ਬਿਲਕੁਲ ਉਹ ਟੇਪ ਸੀਗੀ ਡਿਊਟ ਜੀ ਤੇ ਮੈਂ
ਉੱਥੇ ਕੌਣ ਗਿਆ ਮੇਲੇ 'ਤੇ, ਬੜਾ ਵੱਡਾ ਮੇਲਾ ਇਹਨਾਂ ਦੇ ਉੱਥੇ ਪਿੰਡ, ਬਹੁਤ ਵੱਡਾ ਮੇਲਾ ਹੁੰਦਾ ਜੀ ਜੀ। ਮੈਂ ਗਿਆ ਇਸ ਸਟੇਜ 'ਤੇ ਆਏ, ਹਾਂਜੀ, ਉਸ ਵੇਲੇ ਜਿਸ ਤਰ੍ਹਾਂ ਦਾ ਸੀਗਾ ਵਾਤਾਵਰਨ, ਉਹ 10-20 ਰੁਪਏ ਜੋ ਵੀ, ਉਹ ਲੱਖਾਂ ਵਰਗੇ, ਉਹ ਜਿਸ ਤਰ੍ਹਾਂ ਸੰਗਤ ਦਿੰਦੀ ਹੈ, ਉਹ ਪੈਸਾ ਦੇਣ ਆਏ, ਇਹਨਾਂ ਦੇ ਮਾਤਾ ਜੀ ਨਾਲ ਸੀ। ਉਹ ਕਹਿੰਦੇ ਵੀ ਇਹ ਬੱਚੇ ਨੂੰ ਨਾ, ਜਿਵੇਂ ਨਿੱਕੇ ਨਿੱਕੇ ਬੱਚੇ ਗੁਰਦੁਆਰਾ ਸਾਹਿਬ ਜਾਂ ਕਿਤੇ ਕਿਤੇ ਗਾਉਂਦੇ ਆ, ਛੋਟਾ ਜਿਹਾ ਗਾਣਾ ਗਾਉਂਦੇ ਆ ਕੋਈ ਕਿਸੇ ਦਾ। ਮੈਂ ਕਿਹਾ ਜੀ ਅੱਛਾ ਠੀਕ ਹੈ, ਮਾਤਾ ਜੀ ਕੀ ਗਾਣਾ ਗਾਉਣਗੇ? ਹੁਣ ਮੇਰੇ ਦਿਲ 'ਚ ਵੀ ਪੰਜਾਬੀ ਸਟੇਜ ਕਰ ਰਹੇ ਹਾਂ ਅਤੇ ਬੱਚੇ 'ਤੇ ਆਣ ਕੇ ਧਾਰਮਿਕ ਗਾਉਣ ਲੱਗ ਪੈਂਦੇ ਹੁੰਦੇ ਆ, ਅਤੇ ਉਹ ਫਿਰ ਵਿੱਚ ਹੋਰ ਤਰ੍ਹਾਂ ਲੱਗੂਗਾ, ਪੁੱਛ ਲੈਂਦੇ ਹਾਂ ਵੀ। ਅਤੇ ਮੈਂ ਕਿਹਾ ਜੀ ਮਾਤਾ ਜੀ ਕੀ ਗਾਉਣਗੇ? ਕਹਿੰਦੇ ਵੀ ਤੁਹਾਡੇ ਹੀ ਗਾਣੇ, ਉਹ ਵੀ ਆਉਂਦੇ ਆ ਘਰ, ਟੇਪ ਵੱਜਦੀ ਆ ਅਤੇ ਇਹ ਗਾ ਲੈਂਦੀ ਆ। ਮੈਂ ਕਿਹਾ ਕਮਾਲ ਦੀ ਗੱਲ ਵੀ ਛੋਟਾ ਬੱਚਾ ਹੈ ਵੀ 8ਵੀਂ 9ਵੀਂ 'ਚ ਪੜ੍ਹਦਾ, ਮੈਂ ਕਿਹਾ ਜੀ ਮੇਰਾ ਗਾਣਾ ਆਉਂਦਾ? ਕਹਿੰਦੇ ਹਾਂਜੀ। ਮੈਂ ਕਿਹਾ ਕਿਹੜਾ? ਕਹਿੰਦੇ ਜੀ ਤੁਹਾਡੀਆਂ 2 ਟੇਪਾਂ ਜਿਹੜੀਆਂ ਆਈਆਂ ਉਹ ਆਉਂਦੇ ਹੀ ਆ ਮੈਨੂੰ। ਮੈਂ ਕਿਹਾ ਚਲੋ, ਇਹਨਾਂ ਨੇ ਮੇਰਾ ਗਾਣਾ ਗਾਇਆ, ਉਹ ਇੰਨੀ ਮੈਚਿੰਗ ਹੋਈ ਵੀ ਸ਼ਾਇਦ ਉੱਥੇ ਹਜ਼ਾਰਾਂ ਲੋਕਾਂ ਨੇ ਉਹ ਦਵਾਈ ਇੱਦਾਂ ਦੀ ਕੀਤੀ ਹੋਏਗੀ ਵੀ ਇਹ ਕਿਤੇ ਜੋੜੀ ਬਣ ਜੇ ਨਾ ਜੀ ਜੀ, ਅਤੇ ਬਹੁਤ ਕੁਛ ਹੋ ਸਕਦਾ। ਬਿਲਕੁਲ ਜੀ, ਉਹ ਫਿਰ ਹੋਇਆ, ਕਹਿੰਦੇ ਨਾ ਪਰਮਾਤਮਾ ਲਿਖੇ ਭੇਜਦਾ ਜੀ ਜੋੜੀਆਂ, ਉਹ ਫਿਰ ਹੋਇਆ। ਜਿਹੜੀ ਸਰੋਤਿਆਂ ਦੀ, ਉਹ ਸਾਡਾ ਰੱਬ ਹੁੰਦੇ ਨੇ ਸਰੋਤੇ ਜਿਹੜੇ ਨਾ, ਉਹ ਸਾਡਾ ਰੱਬ ਹੁੰਦੇ ਨੇ, ਸਾਡੀ ਰੋਜ਼ੀ ਰੋਟੀ ਵੀ ਉਹਨਾਂ ਦੇ ਹੱਥ 'ਚ, ਸਾਡੀ ਜ਼ਿੰਦਗੀ ਵੀ ਉਹਨਾਂ ਦੇ ਹੱਥ 'ਚ। ਉਹ ਚਾਹੁਣ ਅਤੇ ਬੰਦਾ 100 ਸਾਲ ਤੱਕ ਜਿਉਂਦਾ ਰਹੇ, 200 ਸਾਲ ਤੱਕ, ਉਹ ਚਾਹੁਣ ਅਤੇ ਬੰਦਾ ਹੀਰੋ ਬਣਿਆ ਰਹਿ ਸਕਦਾ, ਉਹ ਚਾਹੁਣ ਅਤੇ ਇੱਕ ਸੈਕਿੰਡ ਦੇ ਵਿੱਚ ਬੰਦਾ ਜ਼ੀਰੋ ਹੋ ਜਾਂਦਾ। ਇਹ ਸੰਗਤ ਦਾ, ਸਰੋਤਿਆਂ ਦਾ। ਜਦੋਂ ਤੁਹਾਡੀ ਪਹਿਲੀ ਕੈਸਟ ਆਈ ਸੀ ਮਾਰਕੀਟ ਦੇ ਵਿੱਚ ਜੀ, ਉਦੋਂ ਤੁਹਾਡਾ ਕੀ ਅਹਿਸਾਸ ਸੀ, ਕੀ ਫੀਲਿੰਗਸ ਕੀ ਸੀ ਤੁਹਾਡੀਆਂ, ਕਿਸ ਤਰ੍ਹਾਂ ਦਾ ਮਹਿਸੂਸ ਹੋਇਆ? ਰਾਮਤੀਰਥ ਪਿੰਡ ਕਲੇਰ, ਉੱਥੋਂ ਦੇ ਸਰਪੰਚ ਸਾਹਿਬ ਨੇ, ਉਹ ਤਰ੍ਹਾਂ ਦੇ ਸੱਜਣ 2-4। ਮੈਂ ਜਦੋਂ ਲਿਖਦਾ ਸੀ ਹਾਂਜੀ, ਅਤੇ ਮੈਨੂੰ ਇੰਨੀ ਵੱਡੀ ਆਸ ਸੀ, ਉਹ ਜਦੋਂ ਬੈਠੇ ਹੋਣਾ ਨਾ ਇਕੱਠੇ ਕੋਈ ਗੱਡੀ ਜੀਪ ਦੇ ਵਿੱਚ ਅਤੇ ਘੁੰਮਦੇ ਹੋਣਾ ਕਿ ਕੋਈ ਲੜਕੀ ਨਾਲ ਗਾਉਣ ਵਾਲੀ ਵਧੀਆ ਹੋਵੇ। ਡਿਊਟ ਦਾ ਇੱਕ ਨਾ ਬੜਾ ਵਧੀਆ ਪੰਜਾਬੀ ਗਾਇਕੀ ਦਾ 90% ਹਿੱਸਾ, ਬਲਕਿ 95% ਜਾਂ 99% ਹਿੱਸਾ ਪੰਜਾਬੀ ਡਿਊਟ ਹੀ ਆ। ਬਿਲਕੁਲ ਜੀ, ਪੰਜਾਬੀ ਡਿਊਟ ਤੋਂ ਬਿਨਾਂ ਮੇਲੇ, ਵਿਆਹ, ਬਿਲਕੁਲ ਕਿਆ ਮੈਂ ਉਹਦੇ ਬਾਰੇ ਕੀ ਕਵਾਂ ਹੁਣ, ਹੈ ਨਾ? ਬਿਲਕੁਲ। ਅਤੇ ਉਹਦੇ ਤੋਂ ਬਿਨਾਂ, ਡਿਊਟ ਤੋਂ ਬਿਨਾਂ ਰੰਗ ਨਹੀਂ ਵੱਜਦਾ। ਸਹੀ ਗੱਲ ਹੈ ਜੀ ਤੁਹਾਡੀ, ਮੇਲਿਆਂ ਦੇ ਵਿੱਚ ਵੇਖ ਲਓ ਪੰਜਾਬ 'ਚ। ਅਤੇ ਉਹ ਫਿਰ ਨਾ ਮੈਂ, ਵੈਸੇ ਤਾਂ ਮੈਂ ਜਿੰਨਾ ਵਧੀਆ ਲਿਖ ਲੈਂਦਾ, ਬਹੁਤ ਡੂੰਘਾ ਪਰਮਾਤਮਾ ਨੇ ਕਲਮ ਦਿੱਤੀ ਆ, ਬਹੁਤ ਵਧੀਆ ਕਲਮ ਦਿੱਤੀ ਆ, ਬਹੁਤ ਡੂੰਘੀ ਕਲਮ ਦਿੱਤੀ, ਪਰ ਮੈਨੂੰ ਇਹ ਡਿਊਟ ਹਲਕਾ ਫੁਲਕਾ, ਬੜਾ ਕੁਛ ਕਰਨਾ ਪਿਆ ਵੀ ਇੰਝ ਲੱਗਦਾ ਸੀ ਵੀ ਮੈਨੂੰ ਜਿੰਨਾ ਸ਼ੌਕ ਹੈ ਅਤੇ ਫਿਰ ਇਹ ਰੋਜ਼ੀ ਰੋਟੀ ਲਈ ਵੀ ਕੁਛ ਕਰਨਾ ਪੈਂਦਾ। ਉਹ ਫਿਰ ਇਹਦੇ ਵਿੱਚ ਕੀ ਕੀਤਾ ਵੀ ਡਿਊਟ ਨੂੰ ਚੁਣਿਆ, ਪਹਿਲ ਦਿੱਤੀ, ਪਹਿਲ ਦਿੱਤੀ। ਉਹਦੇ ਵਿੱਚ ਵੇਖ ਲਓ ਵੀ ਇਹ ਜਦੋਂ ਨਾਲ ਜੁੜੇ, ਪਰਮਾਤਮਾ ਨੇ ਮੇਲ ਮਿਲਾਇਆ, ਪਹਿਲੀ ਟੇਪ ਜਿਹੜੀ ਫੁੱਲਾਂ ਵਾਲੀ ਰਜਾਈ, ਕਿਆ ਬਾਤ, ਬੜੀ ਹਿੱਟ ਹੋਈ ਸੀ ਉਹ ਟੇਪ। ਬਿਲਕੁਲ ਬਿਲਕੁਲ, ਉਹ ਫੁੱਲਾਂ ਵਾਲੀ ਰਜਾਈ ਜਿਹੜੀ ਆ ਉਹ ਰਿਕਾਰਡ ਹੋਣ ਤੋਂ ਪਹਿਲਾਂ। ਨਹੀਂ, ਆਈਡੀਆ ਕਿਸ ਤਰ੍ਹਾਂ ਆਇਆ ਫੁੱਲਾਂ ਵਾਲੀ ਰਜਾਈ ਦਾ, ਆਈਡੀਆ ਤੁਹਾਡੇ ਜਿਹਨ 'ਚ ਕਿਸ ਤਰ੍ਹਾਂ ਆਇਆ ਉਹਲਾ? ਸਰ ਉਹ ਪਿੰਡਾਂ 'ਚ ਹੁੰਦੀਆਂ ਨੇ ਉਹ ਚੀਜ਼ਾਂ, ਹੁੰਦੀਆਂ ਸੀ ਪਹਿਲੇ ਹੁਣ ਵੀ ਹੁੰਦੀਆਂ ਨੇ ਜੀ, ਉਹ ਇੱਕ ਕਲਚਰ ਆ ਜੀ ਜੀ ਜੀ। ਉਹ ਗੱਲਾਂ ਆਪਸ 'ਚ ਜਿਵੇਂ ਜੰਗ ਏਜ ਆ, ਬਿਲਕੁਲ, ਨੌਜਵਾਨ ਬੇਟੇ ਬੇਟੀਆਂ ਉਹ ਆਪਸ 'ਚ ਮਿਲਦੇ ਆ, ਮਿਲਣ ਦਾ ਕੋਈ ਡਰ ਹੈ? ਬਿਲਕੁਲ, ਗੱਲਬਾਤ ਕਰਦੇ ਆ ਸ਼ਹਿਰਾਂ 'ਚ, ਉਹ ਜਰਾ ਜਿਸ ਤਰ੍ਹਾਂ ਹੁਣ ਦੂਜਾ ਯੂਰੋਪੀਅਨ ਕਲਚਰ ਹੈ, ਬਾਹਰ ਦਾ ਕਲਚਰ ਹੈ,
ਉਹ ਥੋੜਾ ਜਿਹਾ ਖੁਲਾਸਾ ਜਿਹਾ ਵਾ, ਸਾਡੇ ਥੋੜਾ ਜਿਹਾ ਛੁਪ ਕੇ ਮਿਲ ਲੈਂਦੇ ਆ ਜੀ। ਮਿਲਣ ਦਾ ਕੋਈ, ਮਿਲਣ ਦਾ ਤੇ ਕੋਈ ਡਰ ਨਹੀਂ, ਬਿਲਕੁਲ ਜੀ, ਕਿਸੇ ਕਿਸੇ ਗਲਤ ਕਰਮ ਦਾ ਡਰ ਹੈ। ਹਾਂਜੀ, ਤੇ ਉਹ ਬੜੀ ਵਧੀਆ ਉਹ ਗੱਲਾਂ ਇਸ ਤਰ੍ਹਾਂ ਦੀਆਂ ਹੁੰਦੀਆਂ ਨੇ, ਉਹ ਇੱਕ ਚੁਟਕਲੇ ਪਿੰਡਾਂ ਚੋਂ ਹੀ ਨਿਕਲਦੇ ਆ ਜੀ, ਏਦਾਂ ਹੀ ਹੁੰਦਾ। ਤੇ ਬਾਕੀ ਹੁਣ ਜਿਹੜਾ ਇਹ ਸੋਸ਼ਲ ਮੀਡੀਆ ਤੇ, ਹਾਂਜੀ, ਇਹਦਾ ਸੋਸ਼ਲ ਮੀਡੀਆ ਤੇ ਨੇਰੀ ਆਈ ਹੈ ਨਾ, ਜਿਹੜਾ ਮਤਲਬ ਇਹ ਜਿਹੜੇ ਪੱਤਰਕਾਰ ਵੀ ਇਸ ਢੰਗ ਨਾਲ ਪੁੱਛਦੇ ਆ ਜੀ, ਇਹ ਜਿਹੜੀ ਐਡੀ ਸਾਗਰ ਸਾਗਰ ਦੇ ਨਾਂ ਦੀ ਹਨੇਰੀ ਆ ਗਈ ਆ, ਇਹ ਕੀ ਮਹਿਸੂਸ ਕਰਦੇ ਹੋ? ਤੇ ਮਹਿਸੂਸ ਤੇ ਅਸੀਂ ਕੀ ਕਰਨਾ ਜੀ, ਬਸ ਇੰਨਾ ਹੀ ਆ ਕਿ ਉਹਨਾਂ ਸਰੋਤਿਆਂ ਦਾ, ਉਹਨਾਂ ਦਰਸ਼ਕਾਂ ਦਾ, ਉਹਨਾਂ ਚਾਹੁਣ ਵਾਲਿਆਂ ਦਾ ਜਿਨ੍ਹਾਂ ਨੇ ਇੰਨਾ ਪਿਆਰ ਦਿੱਤਾ, ਬਿਲਕੁਲ ਬੇਸ਼ੁਮਾਰ ਪਿਆਰ ਦਿੱਤਾ, ਉਹਨਾਂ ਦਾ ਦੇਣ ਨਹੀਂ ਦੇ ਸਕਦੇ ਜੀ। ਉਹਨਾਂ ਦੇ ਚਰਨਾਂ 'ਤੇ ਸਿਰ ਰੱਖ ਕੇ, ਉਹਨਾਂ ਦੇ ਕਦਮਾਂ 'ਚ ਸਿਰ ਰੱਖ ਕੇ, ਕੋਟਨ ਕੋਟ ਧੰਨਵਾਦ ਆ ਜੀ ਉਹਨਾਂ ਦਾ, ਹਜ਼ਾਰ ਜਨਮ ਲੈ ਕੇ ਉਹਨਾਂ ਦਾ ਦੇਣ ਨਹੀਂ ਦੇ ਸਕਦੇ। ਅੱਛਾ, ਜਿਹੜੇ ਤੋਂ ਤੁਹਾਡੀ ਸ਼ੁਰੂਆਤ ਹੀ ਬਹੁਤ ਗਾਣਾ ਹਿੱਟ ਹੋਇਆ ਫੁੱਲਾਂ ਦੀ ਰਜਾਈ ਜੀ ਜੀ, ਅਸੀਂ ਚਾਹੁੰਦੇ ਪਲੀਜ਼ ਦੋ ਬੋਲ। ਮਿਲਣੇ ਨੂੰ ਤੈਨੂੰ ਬੜਾ ਚਿੱਤ ਕਰਦਾ ਨਹੀਂ, ਤੇਰੇ ਬੁੜੇ ਨੇ ਦਰਾਂ 'ਚ ਮੰਜੀ ਡਾਈ ਹੁੰਦੀ ਆ। ਮਿਲਣੇ ਨੂੰ ਤੈਨੂੰ ਬੜਾ ਚਿੱਤ ਕਰਦਾ ਨਹੀਂ, ਤੇਰੇ ਬੁੜੇ ਨੇ ਦਰਾਂ 'ਚ ਮੰਜੀ ਡਾਈ ਹੁੰਦੀ ਆ। ਕੋਠੇ ਕੋਠੇ ਵਿਹੜੇ ਵਿੱਚ ਆ ਜੀ ਮਿੱਤਰਾ, ਕੋਠੇ ਕੋਠੇ ਵਿਹੜੇ ਵਿੱਚ ਆ ਜੀ ਮਿੱਤਰਾ, ਵੇ ਲਾਲ ਫੁੱਲਾਂ ਵਾਲੀ ਸਾਡੇ ਤੇ, ਲਾਲ ਫੁੱਲਾਂ ਵਾਲੀ ਸਾਡੇ ਤੇ ਰਜਾਈ ਹੁੰਦੀ ਆ। ਮਿਲਣੇ ਨੂੰ ਤੈਨੂੰ ਬੜਾ ਚਿੱਤ ਕਰਦਾ ਨਹੀਂ, ਤੇਰੇ ਬੁੜੇ ਨੇ ਦਰਾਂ 'ਚ ਮੰਜੀ ਡਾਈ ਹੁੰਦੀ ਆ। ਗਾਣੇ ਬਹੁਤ ਜ਼ਿਆਦਾ ਤੁਹਾਡਾ ਪਾਪੂਲਰ ਹੈ, ਔਰ ਵੀ ਬਹੁਤ ਜ਼ਿਆਦਾ ਗਾਣੇ ਤੁਹਾਡੇ ਪਾਪੂਲਰ ਹੈ।